خوشنودی جناب سیدہ سلام اللہ علیہا بلند تر صلوات، بانی مجلس، حاضرین مجلس، سب دی صحت اور سلامتی واسطے سارے صلوات سنو. مائک طرف بھی کرو. طبیعت مزاج بہتر ہے نا، اگر تکلیف نہ سمجھو ایک دفعہ ود سارے درود پڑھو محمد و بس. چلو جناب جعفر جتوئی صاحب مولد عظیم مدا خان ساڑھا سرمایہ تشریف ہن ہے، موسٹ ویلکم جعفر جتوئی صاحب، تاری آمد. سارے مل کے درود پڑھو محمد و آل محمد. اللہ ڈھلے تھے پہ ہو، کیا اکسی لالا جعفر، کیا اکسی. اجازت ہے میں ذکر پاک شروع کروں؟ میرا اللہ اتنی دعائیں منگ دے ہیں. ایک ساڑی دعا بڑی خصوصی، اسا سارے دی دعا تے ضروری دعا، میرا اللہ دنیا میں عسکری کا عکاس بھیج دے. اگوں بہ کے داد نہیں ویندی ہے میرے بھائی، ناراض نہ تھی وے. دنیا میں عسکری کا عکاس بھیج دے، الحمد بھیج دی ہے تو وناس بھیج دے. لالے بھائی جان آؤ مجلس بناؤں. مجلس چپ بہن کا نام نہیں، چپ بندے قبرستان چن مجلس تو بندے بلندے سونے لگتے ہیں. تو ملتان ہے لالا، ملتان ہے بھائی جی، ظہور ملتان نہیں، پتہ ہے ہی. دنیا میں عسکری کا عکاس بھیج دے، الحمد بھیج دی ہے بولو تو وناس بھیج دے. بیعت کا پھر خیال ہے ذہن یزید میں، مہدی کو گھر ہے دیر تو عباس بھیج دے. حد چگر حیدری، مہدی کو گھر ہے دیر تو عباس بھیج دے، مہدی کو گھر ہے دیر تو عباس بھیج دے. بس میں تو کوئی نہیں زیادہ انتظار کراونی، میرا قصیدہ تیار ہے جی، میں تھوڑی انتظار مکا لینا جی. پڑھدا میں، پڑھدا میں، ضرور پڑھدا جی. پڑھو سلوات، آؤ یار اللہ خیریت ہے. مرجھا کے سلوات نہ پڑھو، نہیں اپنے پر مومن آل کر
ਇੱਕ ਸੋਹਣਾ ਸਯਾਦ, ਜਿਵੇਂ ਮੈਂ ਮੂਡ ਸ਼ੁਰੂ ਕੀਤੇ ਨਾ, ਇਵੇਂ ਮੂਡ ਚ ਰਵੇ ਮੇਰੇ ਕੋਲ ਕਬੜੀ ਕਹਿੰਦਾ ਦੇਖੋ ਲਾਲੇ, ਇੱਕ ਸੋਹਣਾ ਸਯਾਦ ਇਮਾਮੇ ਜਿਹਦੀ ਪਾਕ ਕੁਰਾਨ ਕਲਾਮੇ, ਨਜਣ ਨਹੀਂ ਅਜਣ ਮੁਲਤਾਨ ਆਪਣੇ ਜੋਬਨ ਤੇ ਨਹੀਂ ਆਇਆ। ਚਿਹਰੇ ਖਿਲਾਓ, ਚਿਹਰੇ ਠੀਕ ਕਰੋ, ਚਿਹਰੇ ਠੀਕ ਕਰੋ, ਖਿਲਾਓ ਵਾਂਗੂ ਗੁਲਾਬ ਦੇ ਹੈਂਜ ਕਰਕੇ। ਇੱਕ ਸੋਹਣਾ ਸਯਾਦ ਇਮਾਮੇ ਜਿਹਦੀ ਪਾਕ ਕੁਰਾਨ ਕਲਾਮੇ, ਉਹਦਾ ਜਾਫਰ ਸਾਹਿਬ ਦੇ ਕਲਾਮੇ, ਆ ਦੂਜਾ ਹੈਦਰੀ ਮਦਦ ਫਰਮਾਵੇ ਸਾਦਕ ਨਾਮੇ, ਓ ਮੇਰੇ ਪੀਰ ਦੀ ਜਾਗ ਤੇ ਸ਼ਾਹੀ, ਮੇਰੇ ਪੀਰ ਦੀ ਜਾਗ ਤੇ ਸ਼ਾਹੀ, ਇਹਦਾ ਕਾਲ ਤੇ ਫੇਲ ਸਚਾਈ ਏ, ਰੱਬ ਵੱਖਰੀ ਇੱਜ਼ਤ ਬਣਾਈ, ਇੱਥੋਂ ਹੂਰਾ ਮਲਕ ਦਿਆਮੇ ਇਹਦਾ ਕਰਨ ਸਲਾਮੇ, ਇਹਦਾ ਜਾਫਰ ਸਾਹਿਬ ਦੇ ਕਨਾ ਹੈਦਰੀ, ਛੇਵੇਂ ਇਮਾਮ ਦਾ ਕਸੀਦਾ, ਇਮਾਮ ਦਾ ਫਰਮਾਨ ਹੈ, ਛੇਵੇਂ ਇਮਾਮ ਦਾ ਫਰਮਾਨ ਹੈ ਕਿ ਮੇਰੇ ਦਾਦੇ ਦੇ ਕਸਾਇਦ ਫਜ਼ਾਇਲ ਦਾ ਵਕਤ ਆਵੇ, ਇਹ ਚਿਹਰਾ ਹੱਸਦਾ ਹੋਇਆ ਨਜ਼ਰ ਆਵੇ, ਤੇ ਅੱਜ ਹੂੰ ਛੇਵੇਂ ਇਮਾਮ ਦਾ ਕਸੀਦਾ ਪਿਆ ਪੜਦਾ, ਜਿਹੜੇ ਨੀਵੇਂ ਬੋਲ ਸਕਦੇ, ਮੈਂ ਕੋਈ ਮਿੰਬਰ ਦੀ ਕਸਮ ਏ, ਇਹਨਾਂ ਅਲਮਾਂ ਦੀ ਕਸਮ ਏ, ਮੈਂ ਗਲਤ ਪੜ੍ਹਾ, ਇਹ ਸ਼ਿਵਾਲ ਦਾ ਮਹੀਨਾ ਹੈ ਨਾ, ਇਹ ਮੇਰੇ ਇਮਾਮ ਦਾ ਮਹੀਨਾ ਹੈ, ਇਹ ਵਾਸਤੇ ਕਸੀਦਾ ਸ਼ੁਰੂ ਕੀਤਾ ਹੈ। ਜ਼ਰਾ ਮੇਰੇ ਪਾਸੇ ਲਿਖ, ਇਮਾਮ ਜਾ ਰਹੇ ਹਨ ਸਹਾਬੀਆਂ ਨਾਲ, ਗੌਰ ਹੈ ਵਿਚਲੇ ਪਿਛਲੇ, ਅੱਲਾ ਦੀ ਕਸਮ ਕਿਤਾਬ ਪੀਆ ਪੜਦਾ ਬਿਹਾਰ ਉਲ ਅਨਵਾਰ, ਇਮਾਮ ਸਹਾਬੀਆਂ ਨਾਲ, ਇੱਕ ਸਹਾਬੀ ਪੁੱਛਿਆ ਮੌਲਾ ਇਮਾਮ ਕੇ ਕੁ ਆਦਿਨ, ਮੌਲਾ ਫਰਮਾਇਆ ਇਮਾਮ ਉਸ ਕੁ ਆਦਿਨ ਅਗਰ ਇਮਾਮ ਚਾ ਆਖੇ ਨਾ ਈ ਸਾਹਮਣੇ ਵਾਲੇ ਪਹਾੜ ਕੁ ਤੂੰ ਚੱਲ, ਹੈ ਦਰੀ ਮੌਲਾ ਫਰਮਾਇਆ ਅਗਰ ਇਮਾਮ, ਜ਼ਰਾ ਮੇਰੇ ਬਦਲੀ ਗਿਆ ਪਲੀਜ਼, ਅਗਰ ਇਮਾਮ ਚਾਹ ਕੇ ਨਹੀਂ ਪਹਾੜ ਕੋ ਤੂੰ ਚੱਲ ਤਾਂ ਪਹਾੜ ਚੱਲ ਪਓ ਸੀ, ਉਹ ਆਦੇ ਮੌਲਾ ਉਹ ਤਾਂ ਚੱਲ ਪੀਏ, ਇਮਾਮ ਡਿੱਠੇ ਤਾਂ ਪਹਾੜ ਚੱਲਦਾ ਪਿਆ, ਮੌਲਾ ਫਰਮਾਇਆ ਪਹਾੜ ਤੈਕੂੰ ਇਹ ਤਾਂ ਨਹੀਂ ਆਖਿਆ ਜੋ ਚੱਲ, ਚੱਲਿਆ ਕਿਉਂ ਏ, ਅੱਲਾ ਦੀ ਕਸਮ ਏ ਪਹਾੜ ਬੋਲ ਕੇ ਆ ਦੇ ਤੁਹਾਡੀ ਮਰਜ਼ੀ ਏ ਹੱਥ ਚੇ ਹੈਦਰੀ
ਹੁਣ ਤੁਰ ਪੈ ਅਮਰ ਇਲਾਹੀ ਜਦੋਂ ਮਿਲਿਆ ਹੈ ਮੈਂ ਛੋੜ ਦਿੱਤਾ ਆਰਾਮ ਜਾਫਰ ਸਾਹਿਬ ਦੇਖਣਾ ਕਿਆ ਬਾਤ ਹੈ ਜਾਗਦੇ ਹੋ ਮੇਰਾ ਮਿਸਰਾ ਪਸੰਦ ਹੈ ਅੱਲਾ ਦੀ ਕਸਮ ਇਮਾਮ ਦਾ ਫਰਮਾਨ ਨਹੀਂ ਜਿਹੜਾ ਮੈਂ ਮਿਸਰਾ ਪੜ੍ਹੇ ਨਾ ਮੈਂ ਝੂਠ ਪੜ੍ਹੋ ਹੋਵੇ ਮੇਰੇ ਕੋ ਸਹਿਣ ਮਾਫ਼ ਹੀ ਨਾ ਕਰੇ ਅਲਾਮਾ ਸਾਹਿਬ ਅਲਾਮਾ ਜਾਫਰ ਜਤੋਈ ਸਾਹਿਬ ਮੇਰੇ ਬਾਅਦ ਮੌਜੂਦ ਹਨ ਸਰ ਜੀ ਮੇਰੀ ਮੇਰੇ ਇਹਨਾਂ ਇਹਨਾਂ ਸ਼ੇਰਾਂ ਦੀ ਤਾਈਦ ਫਰਮੇਸੋ ਮੇਰੇ ਪਾਸ ਲਿਖਿਆ ਇਮਾਮ ਵਹਿੰਦੇ ਪਏ ਹਨ ਇੱਕ ਜਗ੍ਹਾ 'ਤੇ ਸਹਾਬੀਆਂ ਦੇ ਨਾਲ ਮੌਲਾ ਵਹਿੰਦੇ ਪਏ ਹਨ ਇੱਕ ਜਗ੍ਹਾ 'ਤੇ ਬਹੁਤ ਸਾਰਾ ਇਕੱਠ ਨਜ਼ਰ ਆਇਆ ਲੋਕਾਂ ਦਾ ਅਤੇ ਇਮਾਮ ਫਰਮਾਇਆ ਵੰਜ ਦੇਖੋ ਕਿ ਸਹਾਬੀ ਆ ਕੇ ਡਿੱਠਾ ਸਹਾਬੀ ਫੌਰਨ ਵਾਪਸ ਆਇਆ ਉਸ ਕਿ ਮੌਲਾ ਇੱਕ ਲਾਸ਼ ਪਈਏ ਇਹ ਸਾਰੇ ਲੋਕ ਉਹ ਲਾਸ਼ ਪੈ ਦੇ ਦੇਣ ਅਤੇ ਲਾਸ਼ ਦੀ ਹਾਲਤ ਦੇਖਣ ਦੀ ਨਹੀਂ ਲਾਸ਼ ਇਤਨੀ ਇੱਕ ਖੌਫਨਾਕ ਸ਼ਕਲ ਇਖਤਿਆਰ ਕਰ ਚੁੱਕੀ ਹੈ ਇੰਝ ਲਾਸ਼ ਕੋ ਹੱਥ ਲਓ ਲਾਸ਼ ਫਟ ਪੈਂਦੀ ਹੈ ਤਵੱਜੋ ਮੇਰੇ ਪਾਸੇ ਰੱਖਿਆ ਤੁਹਾਡੀ ਮਿਹਰਬਾਨੀ ਮੈਂ ਵਜੋਂ ਭਜਨ ਪਲੀਜ਼ ਤਸ਼ਰੀਫ ਰੱਖੇ ਸੋ ਮੇਰੇ ਮੌਲਾ ਦੇ ਆਜ਼ਾਦਾਰ ਹਨ ਤਵੱਜੋ ਹੈ ਮੇਰੀ ਗੱਲ ਦੀ ਮੇਰੀ ਗੱਲ ਸਮਝ ਆਉਂਦੀ ਮੇਰੇ ਵੀਰਾਂ ਔਰ ਇੱਕ ਬਿਹਾਰੁਲ ਅਨਵਾਰ ਦਾ ਕਿੱਸਾ ਹੈ ਮੌਲਾ ਫਰਮਾਇਆ ਦੇਖੋ ਚੈੱਕ ਕਰੋ ਸਹਾਬੀ ਆਇਆ ਉਸ ਕੇ ਲਾਸ਼ ਦੀ ਹਾਲਤ ਡਿੱਠੀ ਨਹੀਂ ਪੈਂਦੀ ਲਾਸ਼ ਇੰਤਹਾਈ ਖੌਫਨਾਕ ਸ਼ਕਲ ਇਖਤਿਆਰ ਕਰ ਗਈ ਹੈ ਮੌਲਾ ਜ਼ਰਾ ਆਓ ਨਾ ਤੁਸਾਂ ਦੇਖੋ ਨਾ ਅੱਲਾ ਦੀ ਕਸਮ ਇਮਾਮ ਇਵੇਂ ਆਏ ਇਮਾਮ ਆ ਕੇ ਇੰਜ ਡਿੱਠਾ ਇਹ ਇੰਜ ਦੇਖ ਕੇ ਮੌਲਾ ਵਾਪਸ ਤੁਰ ਪਏ ਸਹਾਬੀਆਂ ਪੁੱਛਿਆ ਮੌਲਾ ਤਵੱਜੋ ਮੇਰੇ ਪਾਸੇ ਰੱਖਿਆ ਮਿਹਰਬਾਨੀ ਸਵਾਬੀ ਤਤ ਸਹਾਬੀਆਂ ਪੁੱਛਿਆ ਮੌਲਾ ਕੁਝ ਦੱਸੋ ਤਾਂ ਸਹੀ ਮੌਲਾ ਫਰਮਾਇਆ ਰਾਣ ਦਿਓ ਸਹਾਬੀਆਂ ਮਜਬੂਰ ਕੀਤਾ ਮੌਲਾ ਦੱਸੋ ਮੌਲਾ ਫਰਮਾਇਆ ਸੁਣਨਾ ਚਾਹੁੰਦੇ ਹੋ ਉਹਨਾਂ ਕਿਹਾ ਹਾਂ ਮੌਲਾ ਇਹਦੀ ਹਾਲਤ ਇਹ ਕਿਉਂ ਹੋਈ ਹੈ ਇਹ ਲਾਸ਼ ਦੀ ਹਾਲਤ ਇੰਝ ਕਿਉਂ ਹੋਈ ਹੈ ਮੌਲਾ ਫਰਮਾਇਆ ਨਾ ਪੁੱਛੋ ਤਾਂ ਚੰਗਾ ਹੈ ਆਦਨ ਮੌਲਾ ਜ਼ਰੂਰ ਦੱਸਾਓ ਮੌਲਾ ਦੁਬਾਰਾ ਤਸ਼ਰੀਫ ਗਿੰਨਾ ਹੈ ਲਾਸ਼ ਦੇ ਕੋਲ ਖੜੋ ਕੇ ਮੌਲਾ ਫਰਮਾਇਆ ਇਹ ਬੁਗਜ਼ ਅਲੀ ਦੀ ਸਜ਼ਾ ਹਦੁਚੇ ਹੈਦਰੀ ਏ ਬੁਗਜ਼ ਅਲੀ ਦੀ ਸਜ਼ਾ ਹੈ ਏ ਬੁਗਜ਼ ਅਲੀ ਦੀ ਸਜ਼ਾ ਹੈ ਏ ਬੁਗਜ਼ ਅਲੀ ਦੀ ਸਜ਼ਾ ਹੈ ਏ ਦੁਸ਼ਮਨ ਆਲੇ ਅਬਾ ਹੈ ਇਸ ਤੇ ਨਾਰਾਜ਼ ਖੁਦਾ ਹੈ ਇੰਦੀ ਲਾਸ਼ ਰੱਖੋ ਵੇਖਣ ਲੋਕ ਅੰਜਾਮ ਮੇਰਾ ਜਾਫਰ ਸਾਹਿਬ ਦੇ ਕੰਨਾਂ ਵਿੱਚ ਤਬੀਅਤ ਲੱਗੀ ਕੋਈ ਤਬੀਅਤ ਲੱਗੀ ਹੈ ਦੱਸੋ ਤਾਂ ਸਹੀ ਪੜ੍ਹਦਾ ਬਈਆ ਕਿਸੇ ਦਾ ਪੜ੍ਹ ਮੁਸਕਰਾ ਕੇ ਆਖੋ ਯਾਰ ਆਖੋ ਕਾਜ਼ੀ ਭਾਈ ਪੜ੍ਹੋ ਆਖੋ ਕਾਜ਼ੀ ਭਾਈ ਪੜ੍ਹੋ ਮੇਰਾ ਪੀਰ ਅਲੀ ਏ ਹੱਕ ਹੱਕ 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 ਮੇਰਾ ਪੀਰ ਅਲੀ ਏ ਹੱਕ ਰਿਮੋਟ ਸਮੇਤ
ਮੇਰਾ ਪੀਰ ਅਲੀ ਏ ਹੱਕ ਹੱਕ 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 ਮੇਰਾ ਪੀਰ ਅਲੀ ਏ ਹੱਕ ਕੈਸਾ اے دری تو سب بولے نہیں ہوئے میرے خرچے ہوئے پہن پتہ نہیں میں کتنا خرچہ کر کے آئے میرا پیر علی ہے حق حق 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 ہے حق علی دے نال نال 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 ہے حق سر جوان کتاب بسم اللہ تو بننا ستاک میرا پیر علی ہاں تجھے حیدری میں نوکر میرا پیر علی حق حق میرا پیر علی حق حق میرا پیر علی حق حق میرا پیر علی حق میرا پیر علی حق حق میرا پیر علی حق حق اے حق علی دے نال نال ہے حق علی دے نال نال ہے حق علی دے نال نال پڑھ لے میرا پیر علی ہے جگ ملتان اپنے عروج تے ہر ویلے جب میں علی علی ہر ویلے جب ہر ویلے جب میں علی علی ہر ویلے جب ہر ویلے جب گل سر آم علی علی مولا حق دا امام حق 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 میرا پیر علی حق ہاں تجھے حیدری وسیم بھائی میرا پیر علی حق حق میرا پیر علی حق ایک شعر سن سو سن سو اللہ دی قسم میں پرواز کر کے پڑھا تاکہ پتہ لگ سی جو شعر وسیم عباس پڑھ گئے ایک شعر وچ دسے سا اللہ کیا ہے علی کیا ہے اور علی دا دشمن کیا ہے سر ترے چیزاں پھراں میں کو دسا اللہ کیا ہے علی کیا ہے اور علی دا دشمن کیا ہے میرے پاس طریقہ ہے اللہ سید عبد علی ہے رب سونے دا پاک ولی جڑا میری محنت پچے سی او اونا ہی ویسی جڑا میری محنت تے بولے سی او زواری کرے سی جڑا میری محنت پچے سی اللہ سید عبد علی رب سونے دا پاک ولی پاک نبی دا ایک نہیں ساری جد سخی میرا پیر علی بے مثال یا علی بے مثال میرا تگڑا دیوے تو رکھے بغض علی دلال تیرے شجرے دے وچ شک شک
ਹਰ ਵੇਲੇ ਜੱਪਾਂ ਮੈਂ ਅਲੀ 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 ਹਰ ਵੇਲੇ ਜੱਪਾਂ ਹਰ ਵੇਲੇ ਜੱਪਾਂ ਮੈਂ ਅਲੀ 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 ਹਰ ਵੇਲੇ ਜੱਪਾਂ ਹਰ ਵੇਲੇ ਜੱਪਾਂ ਇਹ ਗੱਲ ਸੁਣਿਆ ਮੈਂ ਅਲੀ ਮੌਲਾ ਹੱਕ ਦਾ ਇਮਾਮ ਏ ਹੱਕ 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 ਮੇਰਾ ਪੀਰ ਅਲੀ ਏ ਤੁਸੀਂ ਦੇਖੋ ਮਜਲਿਸ ਹੁਸੈਨ ਜੰਨਤ ਬਣ ਗਈ ਬਹੁ ਤਸ਼ਰੀਫ ਰੱਖਿਆ ਬੰਦੇ ਤੁਹਾਡੇ ਪਾਸੇ ਰਹਿੰਦੇ ਪੈਣ ਤਸ਼ਰੀਫ ਰੱਖਿਆ ਹੈ ਅੱਲਾ ਦੀ ਪਹਿਚਾਣ ਕਰਵਾਉਣ ਵਾਲਾ ਅਲੀ ਬੋਲੋ ਬੋਲੋ ਸਰ ਜੀ ਅਲੀ ਜਦੋਂ ਨਮਾਜ਼ ਪੜ੍ਹੀ ਤਾਂ ਦੁਨੀਆ ਕੋ ਪਤਾ ਲੱਗਾ ਕੋਈ ਖੁਦਾ ਵੀ ਹੈ ਜਦੋਂ ਅਲੀ ਜਿਹੀ ਹਸਤੀ ਬਾਰਗਾਹ ਖੁਦਾਵੰਦੀ ਵਿੱਚ ਝੁੱਕ ਗਈ ਜਦੋਂ ਮੁਹੰਮਦ ਮੁਸਤਫਾ ਝੁੱਕ ਗਏ ਅੱਲਾ ਦੀ ਬਾਰਗਾਹ 'ਚ ਜਦੋਂ ਇਮਾਮ ਹੁਸੈਨ ਝੁੱਕ ਗਏ ਦੁਨੀਆ ਕੋ ਪਤਾ ਲੱਗਾ ਕੋਈ ਅਲੀ ਕੋਈ ਖੁਦਾ ਵੀ ਹੈ ਜਦੋਂ ਅਲੀ ਬਾਰਗਾਹ ਖੁਦਾ ਅੱਲਾ ਤਾਂ ਮਨਵਾਇਆ ਅਲੀ ਹਾਏ ਮੇਰਾ ਤੁਹਾਡੇ ਨਾਲ ਵਾਅਦਾ ਹੈ ਜਿਹੜੇ ਤਰੇ ਤਰੇ ਸਾਲ ਤੂੰ ਚੁੱਪ ਨੇ ਜਿਹੜੇ ਬਚਪਨ ਤੋਂ ਚੋਪਿਨ ਅਗਰ ਅੱਜ ਨਾ ਬੋਲੇ ਵਸੀਮ ਅਬਾਸ ਦੇ ਪਿੰਨਣ ਦਾ ਲੁਤਫ ਹੀ ਨਹੀਂ ਆਉਣਾ ਅੱਲਾ ਤਾਂ ਮਨਵਾਇਆ ਅਲੀ ਅਲੀ ਕੋ ਹੱਕ ਕਹਿ ਮਨਵਾਇਆ ਆਓ ਮੈਂ ਦੱਸਾਂ ਵਾ ਹੱਕ ਮਨਵਾਇਆ ਕਮਰ ਹੱਕ ਮਨਵਾਇਆ ਲਾਲ ਕਲੰਦਰ ਅਲੀ ਲਾਲ ਕਲੰਦਰ ਹੱਕ ਮੈਨੂੰ ਆਇਆ ਹੱਕ ਮਨਵਾਇਆ ਲਾਲ ਕਲੰਦਰ ਵਿਰਦ ਜਿਨ੍ਹਾਂ ਦਾ ਹੈਦਰ ਹੈਦਰ ਪੀਰ ਅਲੀ ਦਾ ਪਹਿਲਾ ਨੰਬਰ ਇਸ ਗੱਲ ਦਾ ਕਰ ਲੈ ਐਤਬਾਰ ਇਸ ਗੱਲ ਦਾ ਕਰ ਲੈ ਐਤਬਾਰ ਇਸ ਗੱਲ ਇਮਾਮ ਨਾ ਦੇ ਇਹ ਅਜ਼ਲਾਂ ਤੂੰ ਸੱਜੇ ਹੋਏ ਨੀ ਮੇਰੇ ਤੋਂ ਕਈ ਨੇ ਪੁੱਛਿਆ ਵਸੀਮ ਅਬਾਸ ਮੋਮਨ ਕੀ ਤਰ੍ਹਾਂ ਦੇ ਹੁੰਦੇ ਨੇ ਇਹਨਾਂ ਦੇ ਦਿਲ ਕਿਵੇਂ ਆਉਂਦੇ ਨੇ ਮੈਂ ਆਖਿਆ ਦਿਲ ਗਿਨੀ ਮਾਮ ਨਾ ਦੇ ਇਹ ਅਜ਼ਲਾਂ ਤੂੰ ਸੱਜੇ ਹੋਏ ਨੀ ਦਿਲ ਗਿਨੀ ਮਾਮ ਨਾ ਦੇ ਨਾਰਾਜ਼ ਬੇਟੇ ਅੱਲਾ ਦੀ ਕਸਮ ਹੈ ਇਹ ਮੇਰਾ ਜਵਾਬ ਸੁਣੋ ਤੇ ਮੈਂ ਉਸ ਬੰਦੇ ਅੱਲਾ ਦੀ ਕਸਮ ਗੱਲ ਹੀ ਹੈ ਕਿ ਉਸ ਮੋਮਿਨ ਹੁੰਦੇ ਕੀ ਤਰ੍ਹਾਂ ਦੇ ਹੋ ਤੁਹਾਡੇ ਮਿਜ਼ਾਜ ਕਿਵੇਂ ਆਉਂਦੇ ਨੇ ਮੈਂ ਆਖਿਆ ਇਹ ਦਿਲ ਗਿਨੀ ਮਾਮ ਨਾ ਦੇ ਇਹ ਅਜ਼ਲਾਂ ਤੂੰ ਸੱਜੇ ਹੋਏ ਨੀ ਦਿਲ ਗਿਨੀ ਮਾਮ ਨਾ ਦੇ ਸੱਜੇ ਹੋਏ ਨੀ ਮਾਮ ਨਾ ਦੇ ਅਜ਼ਲਾਂ ਤੂੰ ਸੱਜੇ ਹੋਏ ਨੀ ਉਹ ਦਿਲਾਂ ਵਿੱਚ ਗਾਜ਼ੀ ਉਹ ਦਿਲਾਂ ਵਿੱਚ ਗਾਜ਼ੀ ਇਹ ਅੱਲਾ ਮਦ ਕੱਜੇ ਹੋਏ ਆ ਤੂੰ ਜਨਾ ਰਹਾ ਦਰੀ ਇਹ ਦਿਲ ਗਿਨੀ ਮਾਮ ਅੱਲਾ ਮਦ ਕੱਜੇ ਹੋਏ ਨੀ ਦਿਲ
ਪਿੱਛੇ ਤੂੰ ਵਦਾ ਭਾਜੀ ਨਾ ਤੇ ਜਿੰਨਾ ਦਿਆ ਆਸਾ ਰੱਖੇ ਨਾ ਸੱਜੀ ਹੋਏ ਨੀ ਕੱਜੀ ਹੋਏ ਨੀ ਜਾਫਰ ਬਾਈ ਜ਼ਰਾ ਲੁਤਫ ਕੀ ਨਾ ਸੱਜੀ ਹੋਏ ਨੀ ਅਲਮਾਂ ਦੇ ਕੱਜੀ ਹੋਏ ਨੀ ਲਾਲੇ ਲਾਲਾ ਜੀ ਵਾਲਾਂ ਦੀ ਸੈਟਿੰਗ ਬਾਅਦ ਵਿੱਚ ਪਹਿਲੇ ਮਿਸਰਾ ਉਹ ਜਿੰਨੇ ਪਿੱਛੇ ਤੂੰ ਵਦਾ ਭਾਜੀ ਨੇ ਜਾਫਰ ਤਿਆਰੀ ਕਰ ਗਏ ਪੂਰੀ ਵਰਲਡ ਚ ਵੈਂਦੀ ਪਈ ਮੁਲਤਾਨ ਅਜ਼ਾਦਾਰੀ ਵਾਲੇ ਹੋ ਜ਼ਰਾ ਫੋਕਸ ਕਰ ਛੱਡਾ ਏ ਤੁਸੀਂ ਦਾਦ ਲਿਖਣੀ ਏ ਤੇ ਮੇਰਾ ਪੜ੍ਹਨ ਲਿਖਣਾ ਏ ਤੇ ਸੱਜੀ ਹੋਏ ਨੀ ਤੇ ਕੱਜੀ ਹੋਏ ਨੀ ਉਹ ਜਿੰਨੇ ਪਿੱਛੇ ਤੂੰ ਵਦਾ ਭਾਜੀ ਨੇ ਤੇ ਜਿੰਨਾ ਦਿਆ ਆਸਾ ਰੱਖੇ ਨੇ ਮਲ ਬਣਾ ਉਹ ਜਿੰਨੇ ਪਿੱਛੇ ਪੀਰ ਹੋਵੇ ਓਏ ਸਾ ਪੀਰ ਹੋਵੇ ਬੈਠੇ ਹੋ ਇਹ ਤਾਂ ਮਸ਼ੀਨ ਚੱਲ ਪਈ ਏ ਇਹ ਤਾਂ ਔਖੀ ਰੁੱਖ ਸੀ ਪੀਰ ਹੋਵੇ ਓਏ ਸਾ ਪੀਰ ਹੋਵੇ ਓ ਪੀਰ ਹੋਵੇ ਓਏ ਸਾ ਪੀਰ ਹੋਵੇ ਪੀਰ ਹੋਵੇ ਓਏ ਸਾ ਪੀਰ ਹੋਵੇ ਪੀਰ ਹੋਵੇ ਮੈਂ ਆਦਾ ਉਹਨੋ ਪੀਰ ਨਾ ਹੋਵੇ ਜਦ ਰੋਜ਼ਾਨਾ ਪਕੜੀ ਵੰਜੇ ਉਹ ਪੀਰ ਨਹੀਂ ਚਾਹੀਦਾ ਜਿਹੜਾ ਰੋਜ਼ਾਨਾ ਰੈਪ ਤੇ ਝੱਲੇ ਮੇਰੇ ਪਾਸ ਦੇਖੋ ਮੇਰੇ ਪਾਸ ਦੇਖੋ ਮੇਰੇ ਪਾਸ ਦੇਖੋ ਜੀ ਮੇਰਾ ਵੀਰਾ ਆਇਆ ਤੇ ਤਰੇ ਕਸੀਦੇ ਤੁਸੀਂ ਮਿਸ ਕੀਤੇ ਆਏ ਹੋਣੋ ਜਾਂ ਕਿ ਨਹੀਂ ਬੈਠੇ ਆਵੇ ਸਜੇ ਖਰ ਅੱਛਾ ਪਕੜੋ ਨਿਆਜ਼ ਮੌਲਾ ਜੀ ਵਾਦੇ ਤੱਲੇ ਕਰੇ ਸੂੰ ਇੱਥੇ ਕੋ ਵਾਦਿਆਂ ਦੀ ਜਾਏ ਤਾਂ ਨਿਆਜ਼ ਨਹੀਂ ਬਣਦੀ ਜਾਏ ਸਟੇਜ ਤੇ ਵਾਦਾ ਕਰਾਂ ਬਹੁ ਮੈਂ ਕਰੇ ਨਾ ਮਲਿਕ ਅਸਦ ਸਾਹਿਬ ਬਹੁ ਮੈਂ ਕਰੇ ਨਾ ਕੋਈ ਤਾਲਕ ਇੱਥੇ ਨਹੀਂ ਮੁੱਕਦੇ ਇੱਥੇ ਤਾਲਕ ਬਣਦੇ ਅੱਲਾ ਖੈਰ ਕਰੇ ਸੀ ਇੰਝ ਨਾ ਕਰੋ ਪੀਰ ਹੋਵੇ ਓਏ ਸਾ ਪੀਰ ਹੋਵੇ ਪੀਰ ਹੋਵੇ ਓਏ ਸਾ ਪੀਰ ਹੋਵੇ ਪੀਰ ਹੋਵੇ ਇੱਟ ਪੱਟੋ ਪੀਰ ਇੱਟ ਪੱਟਣ ਦੀ ਲੋੜ ਹੀ ਨਹੀਂ ਪਾਉਂਦੀ ਉੱਤੇ ਪੀਰ ਥੱਕ ਗਏ ਹੋ ਕਸਮ ਖੁਦਾ ਪਾਕ ਦੀ ਬੱਚੋ ਐਸੇ ਪੀਰਾਂ ਤੂੰ ਇਹ ਡਕੈਤ ਪੀਰ ਹਨ ਇਹ ਚੋਰ ਹਨ ਇਹ ਲਾਲਾ ਕੈਸਰ ਲੁਟੇ ਰਹੀ ਨੀ ਬੀਬੀਆਂ ਤੁਸਾਂ ਜ਼ਰੂਰ ਬੱਚੋ ਬੜੀਆਂ ਮਾਵਾਂ ਭੈਣੀ ਤੁਸਾਂ ਇਹਨਾਂ ਪੀਰਾਂ ਤੂੰ ਗੁਰੇਜ਼ ਕਰੋ ਤੁਸਾਂ ਜਿਹੜੇ ਚੱਕਰ ਇੱਥੇ ਮੇਰੀਆਂ ਮਾਵਾਂ ਭੈਣੀ ਰਹਿੰਦੇ ਨੇ ਤੁਹਾਨੂੰ ਪਤਾ ਕਹਿ ਸੱਸ ਮਰਵਾਵਣੀ ਆਉਂਦੀ ਹੈ ਕਹਿ ਨੋਹ ਮਰਵਾਵਣੀ ਇਸ ਚੱਕਰ ਵਿੱਚ ਦੁਸ਼ਮਣੀ ਵਿੱਚ ਇਹ ਮੈਂ ਸਹੀਆ ਦਾ ਪੀਆਂ ਤੁਸਾਂ ਬੱਚੋ ਤੇ ਅੱਲਾ ਦਾ ਸ਼ੁਕਰ ਅਦਾ ਕਰੋ ਪੀਰ ਹੋਵੇ ਹੋਏ ਸਾ ਪੀਰ ਹੋਵੇ ਹੋਏ ਪੀਰ ਹੋਵੇ ਹੋਏ ਸਾ ਪੀਰ ਹੋਵੇ ਪੀਰ ਹੋਵੇ ਹੋਏ ਸਾ ਪੀਰ ਹੋਵੇ ਪੀਰ ਹੋਵੇ ਹੋਏ ਸਾ ਪੀਰ ਹੋਵੇ ਜਿਹੜਾ
ਜਿਹੜਾ ਬਾਰ ਇਮਾਮ ਦੀ ਆਸ ਹੋਵੇ ਨਾ ਜੈਂਦਾ ਮੌਲਾ ਅਬਾਸ ਹੋਵੇ ਸਖੂਨ ਹੋਵੇ ਓ ਖੂਨ ਹੋਵੇ ਓਏ ਸਖੂਨ ਹੋਵੇ ਜਿਹੜਾ ਅਜ਼ਲਾ ਤੂੰ ਗੈਰਤ ਸ਼ਨਾਸ ਹੋਵੇ ਨਾ ਜੈਂਦਾ ਮੌਲਾ ਅਬਾਸ ਹੋਵੇ ਪੀਰ ਹੋਵੇ ਤਾਈਓ ਜੀ ਹੋਵੇ ਨਹੀਂ ਤਾਂ ਮੁੱਠੂ ਨਾ ਹੋਵੇ ਬਾਬਾ ਨਵਾਬ ਹੋਵੇ ਨਾਨਾ ਕਲਾਬ ਹੋਵੇ ਉਮਰ ਬਣੀ ਨਾ ਮਾਂ ਅਰਜ਼ੀ ਬਤੂਲ ਕਬੂਲ ਕਰੇ ਜ਼ੈਨਬ ਵੀ ਆਖੇ ਫਿਰਾ ਹੈਦਰੀ ਅਲਬੜਾ ਹਾਂਜੀ ਹੈਦਰੀ ਜੀਓ ਮੇਰਾ ਲਾਲਾ ਅੱਬਾਸ ਸਰ ਜੀ ਖੇਰ ਬਣੋ ਅਰਬ ਦਾ ਰਿਵਾਜ ਜਦਾਂ ਕੋਈ ਜੰਗ ਜੂ ਮੈਦਾਨ ਜੰਗ ਚ ਵੰਜਿਆ ਉਹ ਰਿਜਦ ਪੜਦਾ ਈ ਰਿਜਦ ਰਿਜਦ ਸਮਝਦੇ ਹੋ ਆਪਣਾ ਬਾਇਓਡਾਟਾ ਦਾ ਸਾਹਮਣਾ ਮੈਂ ਫਲਾਂ ਇਬਨੇ ਫਲਾਂ ਫਲਾਂ ਮੈਂ ਆ ਗਿਆ ਤਾਂ ਕਿ ਦੁਸ਼ਮਣ ਪ੍ਰੈਸ਼ਰਾਈਜ਼ ਹੋ ਜਾਏ 11 ਸਾਲ ਦਾ ਗਾਜ਼ੀ ਉਹ ਥੱਕ ਗਈ ਮੇਰਾ ਮੌਲਾ ਮੁਲਤਾਨ ਥੱਕ ਗਈ 11 ਸਾਲ ਦਾ ਗਾਜ਼ੀ ਮੈਦਾਨ ਸਫੀਨ ਚ ਅੱਬਾਸ ਘੋੜੇ ਤੇ ਸਵਾਰ ਗਾਜ਼ੀ ਆ ਕੇ ਰਿਜਦ ਪੜਿਆ ਦੁਸ਼ਮਣਾਂ ਦੀਆਂ ਸਫਾਂ ਅੱਬਾਸ ਅੱਖੀਆਂ ਚੱਕੀ ਪਾ ਕੇ ਆਦਾ ਚੰਗੇ ਸਫੀਨ ਉੱਤੇ ਘੋੜੇ ਦੀ ਜੀਨ ਉੱਤੇ ਕੀਤੀ ਹੈ ਗਾਜ਼ੀ ਸਦਾ ਬਾਬਾ ਅਲੀ ਮੇਰਾ ਦਾਦਾ ਸਖੀ ਮੇਰਾ ਮੈਂ ਵੀ ਹਸ਼ਰ ਹੈ ਖੁਦਾ ਕਿਹੜੀ ਫੌਜ ਜਾਂਦਾ ਮੈਂ ਜਰਨੈਲ ਅੱਛਾ ਇੱਥੇ ਹੀ ਅਸਦ ਅੱਬਾਸ ਮੇਰਾ ਇੱਕ ਰੂਹ ਬਣ ਗਿਆ ਮੈਂ ਇੱਕ ਬੰਦ ਵੀ ਆ ਪੜਦਾ ਹੋ ਸਕਦੇ ਇੱਥੇ ਛੋੜ ਦੇਵਾਂ ਗਾਜ਼ੀਆ ਦੇ ਟੋਰ ਮੇਰੇ ਪਾਸੇ ਲਿਖਿਆ ਅੱਬਾਸ ਦਿਨ ਮੈਂ ਮੌਤ ਦੋਵੇਂ ਨਾ ਇਮਾਮ ਹੁਸੈਨ ਦੀ ਮਜਬੂਰੀ ਸੈਦ ਤੂੰ ਵਹਿਣਾ ਤਾਂ ਮੇਰੀਆਂ ਬੇਣੀ
اللہ جانے یار تو سن ہون دے تا لفظ ہے میں تھا ہی مجلس چھوڑے دا پیا چڑھا لفظ ہے بھینی دا نام آئے اللہ دی قسم ہے کلائی نہ بولنا لا عباس ساری زندگی چپ عباس آج بولے آئے غازی آدھے جانڈی ڈاہویں دا نائی چڑھے آ تیری آہدا آج عظم آچا او تو اکبر ٹوری آئے موت دے پاسے ری آہدا اتار بچا بابا جی او اے تلوار او میں نہیں لڑدا ایک لحظہ جنگ رکوا چا او میں کو زینب وطن پوچھاون دے ایا منت ابا او میری پردے دار پھے اس تو بڑا کیڑا مت صاحب او میں کو زینب وطن پوچھاون دے ایا منت ابا عباس رکوان اتھائی مو کہنا او میں کو زینب وطن پوچھاون دے یا منت ابا عباس تے اینو عباس اجازت ودا منگدا اے اوے پڑھدا جویں بزرگ پڑھدے آئے اینو مستوراں دا خیمے چ وےڑا اے کیڑا وےڑ وےڑا اے مان پھیڑی اک وار خیمے تا دے بنا کیویں ٹرنا ہے با رسا کون دسا ساڈا دنیا تے تے دے اے سوا کوئی